हाँ जी भाई, सत श्री अकाल, नमस्कार ते अस्सलाम वालेकुम, वेलकम बैक गाइस, वेलकम। आप देख रहे हो ब्रा टीवी ते ल्यांदी भाई तुहाडे लई एक होर नवी वीडियो फार्मिंग सिमुलेटर गाइस। तो गाइस, जो बंदा हमारे एपिसोड फॉलो कर रहा है भाई, उनको तो पता ही है भाई, आपां आलूआं दी खेती कीती सी मुंडियो, ते आलू अपने भाई सुख नाल जिद्दां तुसीं देख सकदे आ वढ़न वाले हो गए आ। मतलब आलू अपने हुण कहिंदे तुसीं कढ लो भाई, सानूं धरती विच्चों कढ लो, ते भाई स्प्रे नहीं कीती सी मैं, सो तां करके आ चैक करो ਕਿੰਨਾ ਘਾਹ ਵਿੱਚ ਹੋਇਆ ਪਿਆ ਬਈ। ਹਾਏ ਓਏ, ਤੇ ਹੁਣ ਤੁਸੀਂ ਵੀ ਸੋਚੋਗੇ ਬਈ ਆ ਸੋਨਾਲੀਕਾ V8 ਇੰਜਨ ਵਾਲਾ ਇਹ ਕਿੱਥੋਂ ਲਿਆਂਦਾ? ਮਾਸ਼ਾ ਅੱਲਾ ਬਈ, ਮਾਸ਼ਾ ਅੱਲਾ ਬਈ, ਇਹ ਮੁੰਡੇ ਆਪਣਾ ਨਹੀਂ ਹੈ ਬਈ, ਜਿਨ੍ਹਾਂ ਤੋਂ ਹੁਣ ਮੈਂ ਆਲੂ ਵੱਢਣ ਵਾਲੀ ਮਸ਼ੀਨ ਲੈ ਕੇ ਆਉਣੀ ਆ ਨਾ ਬਈ, ਇਹ ਵੀ ਟਰੈਕਟਰ ਉਹਨਾਂ ਦਾ ਹੀ ਆ, ਬਾਈਆਂ ਦਾ। ਪਰ ਇਹ ਟਰੈਕਟਰ ਦੀ ਪਾਵਰ ਬਈ ਤੁਹਾਨੂੰ ਪਤਾ ਹੀ ਹੈ ਯਾਰ, ਸੋ ਤਾਂ ਕਰਕੇ ਬਈ ਮੈਂ ਉੱਥੋਂ ਲਿਆਇਆ ਸੀ ਉਹ ਬਾਈ ਤੋਂ। ਅਤੇ ਬਾਈ ਦਾ ਮੈਨੂੰ ਹੁਣੇ ਫੋਨ ਆਇਆ, ਮੁੰਡਾ ਕਹਿੰਦਾ ਕਿ ਸਾਡੀ ਬਈ ਆਲੂ ਵੱਢਣ ਵਾਲੀ ਮਸ਼ੀਨ ਫਰੀ ਆ, ਜੇ ਆਉਣਾ ਤੂੰ ਲਿਆ ਸਕਦਾ, ਮਤਲਬ ਜੇ ਆ ਜਾਏਗਾ ਤਾਂ ਫਿਰ ਵੀ ਸਹੀ ਹੈ, ਨਹੀਂ ਤਾਂ ਅਸੀਂ ਤੇਰੇ ਛੱਡ ਜਾਂਦੇ। ਮੈਂ ਕਿਹਾ ਬਾਈ ਆਉਂਦੇ ਹਾਂ ਅਸੀਂ, ਨਾਲੇ ਤੁਹਾਡਾ ਟਰੈਕਟਰ ਦੇ ਜਾਵਾਂਗੇ ਮੁੰਡਿਓ। ਅਤੇ ਬਾਈ ਆਹ ਸੋਹਣਾ ਲੀਕਾ ਜਿਹੜਾ, ਜਿੱਦਾਂ ਤੁਸੀਂ ਦੇਖ ਸਕਦੇ ਹੋ, ਟਾਇਰ ਚੈੱਕ ਕਰਿਓ ਅਗਲੇ ਬਾਈ, ਅਤੇ ਨੰਬਰ ਪਲੇਟ ਬਰਾੜ ਆ ਬਾਈ, ਨਹੀਂ ਰੀਸਾ। ਪਰ ਬਾਈ ਨੇ ਕਿਉਂ ਪਤਾ ਨਹੀਂ ਕਿਉਂ ਲਿਖਤਾ ਮੁੰਡੇ, ਪਰ ਚਲੋ ਕੋਈ ਚੱਕਰ ਨਹੀਂ, ਗਲਤੀ ਹੋ ਜਾਂਦੀ ਆ ਮੁੰਡਿਓ, ਚੇਂਜ ਵੀ ਹੋ ਜੂਗੀ, ਆਪਣੇ ਗੁਆਂਢੀ ਆ ਤੁਹਾਨੂੰ ਪਤਾ ਹੀ ਆ। ਅਤੇ ਹੁਣ ਫਿਲਹਾਲ ਬਾਈ ਆਪਾਂ ਸੋਹਣੇ ਲੀਕੇ 'ਤੇ ਓਏ ਹੋਏ ਫਸਟ ਪਰਸਨ 'ਚ ਦਿਖਾਈਏ ਤੁਹਾਨੂੰ, ਚੈੱਕ ਕਰੋ ਬਾਈ ਸੋਹਣੇ ਲੀਕੇ ਦੀ ਆਵਾਜ਼ ਅਤੇ ਸੋਹਣੇ ਲੀਕੇ ਦੀ ਪਾਵਰ ਆ ਜਿਹੜੀ ਬਾਈ, ਮਾਸ਼ਾ ਅੱਲਾ ਮੁੰਡਿਓ। ਅਤੇ ਹੁਣ ਬਾਈ ਮੈਂ ਉੱਥੇ ਜਾਂਦਾ ਪਿਆ ਗਾ ਜਿੱਥੇ ਉਹ ਬਾਈ ਨੇ ਆਪਣਿਆਂ ਨੂੰ ਕਿੱਧਰ ਲੈ ਗਿਆ। ਮੈਂ ਕਿਹਾ ਸੀ ਕਿ ਬਾਈ ਸਾਡੀ ਆਲੂਆਂ ਵਾਲੀ ਮਸ਼ੀਨ ਖੜ੍ਹੀ ਆ, ਜੇ ਲੈ ਕੇ ਜਾਣੀ ਆ ਤਾਂ ਲੈ ਸਕਦੇ ਹਾਂ। ਸੋ ਉਹਨੂੰ ਮੈਂ ਕਿਹਾ, ਮੁੰਡਿਆ ਸਾਡੇ ਬਾਈ ਆਲੂ ਵੱਢਣ ਵਾਲੇ ਹੋਏ ਪਏ ਆ, ਅਤੇ ਜੇ ਮਸ਼ੀਨ ਮੇਰਾ ਬਾਈ ਦੇ ਦੇਗਾ ਤਾਂ ਬਹੁਤ ਵਧੀਆ ਗੱਲ ਆ, ਨਹੀਂ ਤਾਂ ਫਿਰ ਸਾਨੂੰ ਸ਼ਹਿਰ ਜਾਣਾ ਪੈਣਾ। ਸੋ ਆਹ ਦੇਖੋ ਬਾਈ, ਇਹ ਆਪਣੇ ਗੁਆਂਢੀ ਆ, ਇੱਥੇ ਇਹਨਾਂ ਦੇ ਖੇਤ ਵੀ ਇੱਥੇ ਹੀ ਆ। ਅਤੇ ਬਾਈ ਤੋਂ ਆਪਾਂ ਅੱਜ ਮਸ਼ੀਨ ਲੈਣੀ ਆ, ਅਤੇ ਉਹ ਬਾਈ ਦਾ ਜਿਹੜਾ ਟਰੈਕਟਰ ਆ ਬਾਈ ਇੱਥੇ ਛੱਡ ਦਾਂਗੇ ਆਪਾਂ ਤੁਹਾਡੀ ਨੂੰ। ਟ੍ਰੇਨ ਵੀ ਆਉਂਦੀ ਪਈ ਆ ਬਾਈ, ਹੋਏ ਹੋਏ ਹੋਏ, ਪੂਰੇ ਸਹੀ ਟਾਈਮ 'ਤੇ ਬਾਈ ਟ੍ਰੇਨ ਆਈ, ਚੈੱਕ ਕਰੋ ਮੁੰਡੇ, ਤੁਹਾਨੂੰ ਟ੍ਰੇਨ ਵੀ ਦਿਖਾਤੀ ਬਾਈ। ਅਤੇ ਬਾਈ ਤੁਹਾਡੇ ਬੜੇ ਕਮੈਂਟ ਆਏ ਸੀ ਬਾਈ ਫਾਰਮਿੰਗ ਦੀ ਵੀਡੀਓ ਲੈ ਕੇ ਆਓ, ਬਾਈ ਲੈ ਆਉਂਦੀ ਮੁੰਡਿਓ ਫਾਰਮਿੰਗ ਦੀ, ਅਤੇ ਉਹ ਖੜੀ ਬਾਈ ਆਲੂਆਂ ਦੀ ਮਸ਼ੀਨ। ਉਹ ਮਸ਼ੀਨ ਨਾਲ ਅੱਜ ਆਪਾਂ ਕੀ ਕਹਿੰਦੇ ਹੁੰਦੇ ਆ, ਆਲੂ ਵੱਢਣੇ ਆ ਅਤੇ ਕੱਟਣੇ ਆ। ਕੀ ਹੁੰਦਾ ਮੁੰਡੇ, ਆਲੂ ਵੱਢਣੇ ਹੁੰਦੇ ਆ ਅਤੇ ਕੱਟਣੇ ਹੁੰਦੇ, ਮਤਲਬ ਆਹ ਚੈੱਕ ਕਰੋ ਬਾਈ ਮਸ਼ੀਨ ਆ ਅਤੇ ਕੀ ਆ। ਅਤੇ ਆਪਾਂ ਆਪਣੇ ਸੋਹਣੇ ਲੀਕੇ ਨੂੰ ਮੁੰਡੇ, ਓਹੋ ਸੋਹਣੇ ਲੀਕੇ 'ਚ ਮੁੰਡੇ V8 ਇੰਜਣ ਆ ਬਾਬਿਓ, ਜਿਹੜਾ ਕਿ ਝੋਟਿਆਂ 'ਚ ਹੁੰਦਾ ਇੰਜਣ, ਅਤੇ ਇਹਦੇ ਸਾਹਮਣੇ ਜਿੱਦਾਂ ਤੁਸੀਂ ਦੇਖ ਹੀ ਸਕਦੇ ਹੋ, ਪੱਥਰ ਪੁੱਥਰ ਕੁਛ ਨਹੀਂ ਗੋਲਦਾ ਬਈ। ਅਰੇ ਅਰੇ, ਕਿੱਦਾਂ ਲੱਗਦਾ ਬਾਈ ਆਪਣਾ ਸੋਹਣਾ ਲੀਕਾ, ਚੈੱਕ ਕਰੋ ਬਾਈ ਘੈਂਟ ਵਾਲਾ। ਚਲੋ ਹੁਣ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ ਬਾਈ, ਅਤੇ ਆਲੂਆਂ ਵਾਲੀ ਮਸ਼ੀਨ ਆਪਣੀ ਆਹ ਖੜੀ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਤੁਹਾਡੀ ਨੂੰ। ਅਰੇ ਬਾਈ ਬਾਈ, ਇਹ ਤਾਂ ਵਿੱਚ ਬਹਿ ਕੇ ਪਤਾ ਲੱਗਣਾ ਕੀ ਹਿਸਾਬ ਕਿਤਾਬ ਆ ਇਹਦਾ, ਦੇਖਣ ਨੂੰ ਤਾਂ ਕਾਂਕਰੋਚ ਜਿਹਾ ਲੱਗਦਾ। ਬੱਲੇ ਥੋੜ੍ਹੇ ਜਿਹੇ ਆਲੂ ਵਿੱਚ ਵੀ ਪਏ ਆ ਮੁੰਡਿਓ, ਨਹੀਂ ਰੀਸਾਂ ਅੰਦਰੋਂ ਦਿਖਾਈਏ ਤੁਹਾਨੂੰ। ਅਰੇ ਬਾਈ ਬਾਈ ਬਾਈ, ਲਓ ਬਾਈ ਲੈ ਕੇ ਰੱਬ ਦਾ ਨਾਂ, ਆਪਾਂ ਜਾਂਦੇ ਹਾਂ ਆਪਣੇ ਖੇਤ ਵੱਲ। ਅਤੇ ਆਹ ਮਸ਼ੀਨ ਨੂੰ ਮੈਂ ਵੀ ਪਹਿਲੀ ਵਾਰੀ ਚਲਾਉਣ ਲੱਗਿਆ ਪ੍ਰਧਾਨ, ਅਤੇ ਚੈੱਕ ਕਰੋ ਮੁੰਡਿਓ। ਅਰੇ ਬਾਈ ਬਾਈ ਬਾਈ, ਇਹ ਕੁਛ ਜ਼ਿਆਦਾ ਹੀ ਨਹੀਂ ਵੱਡੀ, ਅਤੇ ਮੈਂ ਫੋਲਡ ਕਰ ਨਹੀਂ ਸਕਦਾ ਕਿਉਂਕਿ ਕਹਿੰਦੇ ਤੁਹਾਡੇ ਆਲੂ ਵਿੱਚ ਪਏ ਆ ਬਾਈ। ਪਰ ਚਲੋ ਕੋਈ ਚੱਕਰ ਨਹੀਂ ਬਾਈ, ਲੈ ਕੇ ਜਾਂਦੇ ਹਾਂ ਮਸ਼ੀਨ ਨੂੰ ਆਪਾਂ ਆਪਣੇ ਖੇਤ। ਪਰ ਆਹ ਸਟੇਅਰਿੰਗ ਨਾਲ ਬਾਈ ਚਲਾਉਣ ਦਾ ਤਾਂ ਸਵਾਦ ਹੀ ਵੱਖਰਾ ਮੁੰਡਿਓ, ਆਹ ਸਟੇਅਰਿੰਗ ਨਾਲ ਚਲਾਉਣ ਦਾ ਤਾਂ ਸਵਾਦ ਹੀ ਵੱਖਰਾ ਬਾਈ। ਅਤੇ ਹੁਣ ਜਿੰਨੀਆਂ ਵੀ ਆਪਣੀਆਂ ਵੀਡੀਓ ਆਪਾਂ ਕੋਈ ਵੀ ਪਾਉਂਦੇ ਹਾਂ ਅਤੇ ਸਟੇਅਰਿੰਗ ਨਾਲ ਆਪਣੇ ਟਰੈਕਟਰ ਚੱਲਦੇ ਆ, ਇਹ ਤਾਂ ਨਜ਼ਾਰਾ ਹੀ ਆ ਕਿ ਨਹੀਂ ਬਾਈ? ਆ ਟਰੈਕਟਰ ਦੇ ਨਾਂ 'ਤੇ ਅਤੇ ਆਪਣੇ ਬਾਈ ਸੋਹਣਾ ਲੀਕਾ ਦੇ ਨਾਂ 'ਤੇ ਲਾਈਕ ਜ਼ਰੂਰ ਮਾਰਿਓ ਮੇਰੇ ਬਾਈ। ਅਗਰ ਆਪ ਲੋਕ ਨਏ ਹੋ ਤਾਂ ਮੇਰੇ ਬਾਈ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਗਾਇਸ, ਤੋ ਆਪਕੇ ਕਮੈਂਟ ਪੜ੍ਹਤੇ ਹੈ ਬਾਈ। ਆਪਨੇ ਬੋਲਾ ਥਾ ਬਾਈ ਥੋੜ੍ਹੀ ਥੋੜ੍ਹੀ ਹਿੰਦੀ ਰੱਖ ਲਓ, ਥੋੜ੍ਹੀ ਥੋੜ੍ਹੀ ਪੰਜਾਬੀ, ਸੋ ਮੁੰਡਾ ਮੈਕਸ ਕੰਮ ਚੱਲਿਆ ਕਰਨਾ ਹੁਣ। ਸੋ ਜੋ ਵੀ ਆਪਣਾ ਹਿੰਦੀ ਬਾਈ ਹੈ, ਜਿਹਨੂੰ ਪੰਜਾਬੀ ਸਮਝ ਨਹੀਂ ਆਉਂਦੀ, ਤੋ ਉਨਕੇ ਲਈ ਹਿੰਦੀ, ਉਹ ਪੰਜਾਬੀਆਂ ਨੂੰ ਤਾਂ ਹੁੰਦੀ ਆ ਸਮਝ, ਜਿਹੜੀ ਮਰਜ਼ੀ ਭਾਸ਼ਾ ਹੋਵੇ, ਬੱਲੇ ਬੱਲੇ ਮੁੰਡਿਓ। ਅਤੇ ਲਓ ਬਾਈ ਫਾਈਨਲੀ ਆਪਾਂ ਆਪਣੇ ਖੇਤ ਵਿੱਚ ਪਹੁੰਚ ਚੁੱਕੇ ਹਾਂ, ਓਏ ਹੋਏ ਹੋਏ। ਅਤੇ ਹਜੇ ਇੱਕ ਹੋਰ ਬਾਈ, ਜਿਹੜਾ ਟਰੈਕਟਰ 'ਤੇ ਆਪਾਂ ਲੈ ਕੇ ਜਾਣੇ ਆ ਨਾ ਆਲੂ, ਉਹ ਟਰੈਕਟਰ ਵੀ ਤੁਹਾਨੂੰ ਦਿਖਾਉਣਾ ਹਜੇ ਆਪਾਂ। ਪਰ ਫਿਲਹਾਲ ਆ ਮਸ਼ੀਨ ਨੂੰ ਮੈਂ ਸਹੀ ਕਰ ਲਾਂ, ਅਤੇ ਦੇਖਾਂ ਆਲੂ ਕਿੱਦਾਂ ਵੱਢਦੀ ਹੈ, ਅਤੇ ਆਪਾਂ ਅਰੇ ਬਾਈ ਬਾਈ, ਪਰ ਉਹ ਮਾਮੇ ਹੀਰ ਦੇ ਅੱਧੇ ਆਲੂ ਬਾਈ ਵਿੱਚ ਹੀ ਆ ਗਏ ਉਹਦੇ, ਚੈੱਕ ਕਰੋ ਤੁਸੀਂ ਮੁੰਡੇ। ਇਹਨੂੰ ਆਪਾਂ ਕਰ ਲੈਂਦੇ ਹਾਂ ਔਨ, ਇਹਨੂੰ ਸੈੱਟ ਲੈਂਦੇ ਹਾਂ ਥੱਲੇ, ਚੈੱਕ ਕਰ ਲਈਏ ਬਾਈ ਆਲੂ ਵੱਢੂਗੀ ਵੀ ਕਿ ਨਹੀਂ। ਅਰੇ ਬਾਈ ਬਾਈ ਬਾਈ, ਵੱਢਦੀ ਆ ਵੱਢਦੀ ਆ ਵੱਢਦੀ ਆ ਬਾਈ, ਓਹੋ ਆ ਗਏ ਆ ਗਏ ਆ ਗਏ ਆਲੂ।
गाइस चेक करो मुंडे आलू कहते आलू वढ़न वाली मशीन आलू कट्टन वाली के वढ़न वाली ये कन्फर्म करो बई मैनू बाहरली टेक्नोलॉजी आ पूरी तो अंदरों देखते हैं बई ओए होए सिरा बाबे पर ये जिड्डी वड्डी मशीन आ बई ओडा वड्डा इहदा मूँह है नहीं वैसे मतलब इन्ने तीन क फुट मसा वढ़दी है बई एरिया। अरे भाई 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 ये तो मैंने सोचा ही नहीं था रे, ये बात तो बिल्कुल कौआ बिरयानी निकली भाई। चलो कोई चक्कर नहीं भाई, वो थोड़ी नू एक गेड़े च 70% हो भी गई। अरे भाई 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 कैसे रुकना, अपनी मशीन फुल भी हो गई। अरे माशाल्लाह भाई वेट करो गाइस एक गेड़ा होर तो फिर मैनू लगता मैनू ट्रैक्टर ट्राली लैके आना पैना भाई, ये तो काम गलत हो गया दीपिया इन्नी छेती। अरे भाई 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 नहीं साढ़े आलू खिच खिच कमले किते भाई, नैक्सट टाइम आप जी भी खेती करनी है उन्होंने स्परे मतलब पूरी वधिया तरीके करा करांगे। सो इतने हुण आपू तुहानू पता नूब फार्मिंग है आप नूब फार्मर, सो इन्नी वधिया खेती करनी नहीं आई जिदा तुसीं देख सकते घा घू भी बेची पिया बई, कोई आप स्परे स्प्रू नहीं की सी, पर चलो ठन करना बई आप। तो तुम भी जिन्हें मेरे भाई देखते पे एक बार लाइक तो सबसक्राइब जरूर कर दौ गाइस, तो मैं पता कई बंद ने नहीं सबसक्राइब किया बई 50% बंद योजे बई जड़िया वीडियो अपन देखते हो थोड़ी नए तो उन्होंने सबसक्राइब नहीं किया बई, आलू खराब हो जाने से मुंडियो मशीन हो गई फुल तो कर दिया करो यार मेरे भाई की करते हैं तुम मुंडियो ताे ही है। सो मशीन इतने लाना बई मैं इधर मूँह करके ला दिए क्योंकि यह बई मूँह इधर मैं हूँ बई लैके आना जो ट्रैक्टर की मैं गल करता इतों उतरीए ट्रैक्टर भी नवा बई वो ट्रैक्टर भी देखो तुम। सो वह भी अपने गुआढ़ियों का ही है, अपने ट्रैक्टर का तुम्हें पता ही आ खड़े स्वराज 855 तो फोर्ड। अरे भाई 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 तो अपना गेड़ी वाला ट्रैक्टर किधर गया जी, तो आप वेख बई कितने लुकया खड़ा चेक करो बई। अरे भाई 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 आ ट्रैक्टर भाई अपना माशाला ट्रैक्टर तुम्हें भी पता दिखा दिए जिन्हों नहीं पता बई चेक करो 4511 बराटी भी 4511। अरे भाई 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 ये भाई भलवानी गेड़ी नहीं रखे आप परले पासे जड़ा किला आप नवा लिया से तुम दिखाने भाई रुक जाओ इधर चेक करो आ देखो वो भाई बल्ले बल्ले बात आने किला सारा नहीं रीसा बई इतने मैं भैया लाया सी ते आप ट्रैक्टर लेना बई जिन्हों देखता पे अगे खड़ा क्योंकि ताडे बड़े कमेंट आए से भाई दूजा ट्रैक्टर भी लैके आयो बई ये चेक करो ये मैं इधर ही लाता सी क्योंकि मैं पहला भइए नूं कहा सी मैं कहा जदों किला खत्म हो गया तू ले आई पर हजे मामे दा मैनूं लगदा इधरला किला पिया है। सो आप ही लै जाने बई आ चेक करो मुंडियो। अरे 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 ट्राली अपने कोल हैगी ट्राली पता नहीं कि पाई फिरदा बई औखा ट्राली आप इत्थे ला दिंदे आ ते ट्रैक्टर चेक करो बई। अरे भाई भाई ट्रैक्टर चेक करो मुंडियो किहड़ा हैगा जोंडियर 5075। अरे भाई 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 गाइस आ चेक करो स्पेशली ये फर्स्ट परसन चेक करो बई। अरे माशाला कि लगता बई घेंट आ ना पूरा तो तुम हम इदा दिखाने इधर चेक करो प्राउडली बिलोंग टू पंजाब बई हॉर्न हूर्न लाइटा उल्टा पूरी वधिया लगिया ये तो आ जी ट्राली है बई ये अपनी ट्राली आ। अरे ये ट्राली च अपने कुछ पिया है की किया जाए बई रोक जो रोक आलू पाने बई आप ट्राली च वेट करो गाइस। अरे भाई 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 रोक जो भाई वो बीज मैं बाहर कढ़ा यार नहीं तो काम खराब है भाई नहीं तो काम खराब है मुंडियो हाँ बी बाहर कढ़ लिए निकल जाएंगे बीजा चक इतें रख दिए चलो ओए थले चलो। अरे मुंडो अपनी खराब तो नहीं होगी हाँ अपनी ट्राली खराब तो नहीं होगी भाई चलो देख दे ट्राली च हैगा बई ओए ट्राली च हैगा ट्राली नू अपना जरा थोड़ा जा समान आई नू इत्थे ला दिने क्योंकि थोड़ा जा ही है काम बई कंट्रोल आई ओके ओके थोड़े जे बीज इत्थे लाते ते हुण जाने बई आप आलू भरन अपने नवे झोटे ते मैनू आ जरूर दस्यो बई किदां दा लग्या अपना झोटा नवा चेक करो मुंडियो क्योंकि हरेक कंपनी का ट्रैक्टर बई आप रखना क्योंकि तुहानू वी पता खेतीबाड़ी पूरी सिरे सिरा कल बात आ ते हुण इहनू आपां ट्राली नू ला दिंने इत्थे ते मैं बहना जाके मशीन नू ऑन करदा। सो
फिर आप भरते हाँ। अरे भाई 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 चेक करो मुंडे थोड़ी दो गेड़िया ही भाई फुल हो गई तो बाद चो मैं भैया लाना आलू बढ़न भाई क्योंकि इदा का फिर सौखा काम आई इदा तो किन ट्रालियां हो जाणियां। अरे भाई 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 रोक जाओ गाइस मैं ना हूँ अपना भैया ला देना इतने आलू बढ़न सो वो वड्डी जाऊगा यार जिड्डी वड्डी मशीन ओ मैं ये ना कहते चला पाया मैं कीबोर्ड का भुलेखा पै गया। अरे भाई 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 मैं कीबोर्ड ना ही चलाई गया भाई माशाला दी भैने रीसा टर्न ऑन नहीं तो भैया कह देना पूरे मशीन च वढ़ के रख दे आप कर दें हायर इतने ओके लो भाई अपना भैया लग गया आलू वढ़न की करूगा चलानी आँदी मशीन बल्ले बल्ले तो आप भाई चेक करते हैं अपना जॉन डियर 30% ट्राली हुई है हजे ओए ओए सिरा भाई इदा करते हैं भाई ट्राली आप ट्राली वैसे अपने चाहिए आ ट्राली इदा करते हैं ट्राली इतने ला दें क्योंकि ट्राली हजे फुल नहीं हुई सो ट्राली ना इतने लाने तो मैं तो पिछले भाई हाल चेक करते हैं वो जो वे हाल है ना वो जो अपने न्यूलैंड के पिछले पाए पे वो हाल पा के ना चेक करना ट्रैक्टर की पावर में चेक करना सो मैं माड़ा उधर जाया वा तो उन्ना टाइम अपना भैया फिर भाई वो करी जाऊगा काम आ देखो तुसी हाँ न्यू हॉलैंड के पिछे पाए आ भाई हल अपने तो आ ट्रैक्टर के पिछे हल पा के आप देखने ट्रैक्टर तो भाई सुख नाल अपने को वाधू हो गए होने यार सो इनू आप ला दिए हलां अपना जो न्यू हॉलैंड इनू लै जाने घर। अरे भाई भाई देखदा मुंडे कुछ और दोवें ट्रैक्टर भाई वे वे टायर वाले आ मूहरों जिदा तुम देख सकते हो 4x4 ओए हो सिरा गलबात इनू लाने आप इतने बई तो हूँ जाने आप अपने जॉन डियर ट्रैक्टर च कोई स्टार्ट नहीं हो भाई आ जरा उपर ए खड़ौना जहा पाया वेखो कि वधिया लगता 3D मॉडल जहा यार इधर आ मॉन्स्टर वालों की वो पई है कैन जी भाई बल्ले बल्ले कहते एनर्जी ड्रिंक भी नाल ही पीओ तुम बई नहीं रीसा हूँ आ हल पा के देखने बई जे आ ट्रैक्टर अपना खिंचता एडे एडे हल जे खिंच ले फिर तो जिंदाबाद आ नहीं तो फिर भाई यदि छोई आ ट्रैक्टर की तहू की लगता मुंडे खिंच लूगा इतने नहीं मारने आप अपने खेत च मारते हैं वैसे भी अपना ही किला गा पर आलू वाले खेत च मारने स्टार्ट कर दें बई तो देखते हैं की बनता ओहो हाँ नहरी लिया करी की जाता है। अरे भाई भाई भैया की हो गया भाई आलू ही नहीं मामे तो होंगे सैट है आ चेक करो भाई आ इधर देखो कि घा उग गया पाया इतने इतने मार के देखते हैं आप करते हैं हूँ खोलते हैं हलां तो जिन्हें भी भाई जॉन डियर के फैन आ मेरे भाई कमेंट जरूर करो एक बार भाई क्योंकि देखे जी मैं तो कमेंट भाई जॉन डियर लेके आओ तो मुंडे फाइनली 4x4 जॉन डियर अपना झोटा ट्रैक्टर जिन्हों कह दें आप हाल ये पिछे आप पाले आ देखते हैं दबदा के नहीं मीडियम मीडियम पहले तो तुरता पाया थोड़ी जी रेस दी है मैं कि लगता बई यार भाई आ मैं ना मैं दरख्त जो वढ़ने ये काम खराब कर देंगे पूरा वधिया चलाना पैंदा हुण चेक करियो भाई हुण देखना आपां आपणा ट्रैक्टर भाई दबदा तां नहीं बाकी तो सही है पर मुंडे नहीं आराम नाल बोकदा जांदा 13 दी स्पीड ते हजे कोई भार भूर नहीं पाया आपां इहदे अगे भाई कि मतलब टायर भी नहीं स्लिप स्लुप मारदे सारा कुछ सही है भाई A to Z काम वधिया इहदा तो आ ट्रैक्टर के टायर मैं बहुत सोहने लगे भाई थोड़े जे आलू भी आपता काम आलू का। अरे भाई 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 घेंट गलबात यह हल वैसे अपने बाद चो चाहिए बई तो हूँ मामे हीर दे मैं पुछदा कि आलू अपने वढ़ते कि नहीं बई फिर मैं आलू वेचन जाना बई हलां इतने ला दें क्योंकि बाद चो लोड़ पैनी है बई। अरे भाई क्या कर रहे हैं इनू क्यों तोड़ते ओके ओके लो बे मुंडे हूँ आ मासड़ नू कहने बई साडे आलू मैं नाल नाल ट्राली लै जाना बई देखदे आ की करदा नहीं तो फिर जिन्ने क है बई इन्ने क रखदे आ
ਤੇ ਬਾਕੀ ਆਪਾਂ ਕੰਮ ਆਪਣਾ ਕਰੀ ਜਾਂਦੇ ਹਾਂ ਲੱਗੀ ਸਮਝ। ਪਰ ਤੁਹਾਨੂੰ ਨਹੀਂ ਲੱਗਦਾ ਮੁੰਡਿਓ ਕੀ ਆ ਐਡੇ ਐਡੇ ਟਰੈਕਟਰ ਆਪਣੇ ਕੋਲ, ਪਰ ਆ ਜਿਹੜੀਆਂ ਟਰਾਲੀਆਂ ਜਿਹੀਆਂ ਪਿੱਦੀਆਂ ਪਿੱਦੀਆਂ ਜਿਹੀਆਂ ਲੱਗਦੀਆਂ ਪਈਆਂ ਕਿ ਨਹੀਂ? ਲਿਆਈਏ ਫਿਰ ਟਰਾਲਾ, ਟਰਾਲਾ ਲੈ ਕੇ ਆਈਏ ਮੇਰੇ ਵੀਰੋ ਕਿ ਨਹੀਂ? ਦੱਸੋ ਬਾਈ, ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ, ਜੇ ਤੁਸੀਂ ਚਾਹੁੰਦੇ ਕਿ ਆਪਾਂ ਟਰਾਲਾ ਲੈ ਕੇ ਆਈਏ ਤਾਂ ਮੈਂ ਕਹਿ ਦਿੰਦਾ ਬਾਈ ਨੂੰ ਟਰਾਲਾ, ਉਹ ਤੁਹਾਡੀ ਨੂੰ ਆਲੂ ਮੈਂ ਖਰਾਬ ਕਰੀ ਜਾਂਦਾ। ਰੋਜ਼ਾ ਆਲੂ ਪੂਰੇ ਭਰ ਲਈਏ ਬਾਈ, ਟਰਾਲੀ ਚੈੱਕ ਕਰੋ ਬਾਈ, ਟਰਾਲੀ ਆਪਣੀ 60% ਹੋ ਗਈ ਆ ਬਾਈ। ਉਹ ਮਾਮਿਆਂ ਰੁਕ ਜਾ, ਵੈਰੀ ਗੁੱਡ ਬਾਈ, ਅੱਧੇ ਆਲੂ ਮੈਨੂੰ ਲੱਗਦਾ ਮੈਂ ਖਰਾਬ ਕਰਤੇ, ਪਰ ਹੁਣ ਬਾਈ ਜਿਹੜਾ ਟਰੈਕਟਰ ਆ ਥੋੜ੍ਹਾ ਜਿਹਾ ਜ਼ੋਰ ਮਾਰਦਾ ਗਾ, ਕਿਉਂਕਿ ਤੁਹਾਨੂੰ ਪਤਾ ਅੱਧੀ ਟਰਾਲੀ ਭਰ ਲਈ। ਉਹ ਅੱਡਾ ਟਾਇਰ ਚੈੱਕ ਕਰੋ ਬਾਈ ਮੂਹਰਲੇ। ਅਰੇ ਬਾਈ ਬਾਈ ਹੁਣ ਚੈੱਕ ਕਰੋ, ਟਰੈਕਟਰ ਦੇ ਟਾਇਰ ਚੱਕੇ ਜਾਂਦੇ ਆ ਬਾਬਿਓ। ਰੋਜ਼ ਇੱਧਰ ਪਹਾੜ ਇੱਧਰ ਨੂੰ ਕਰਕੇ ਮੋੜ ਕੇ ਦਿਖਾਉਂਦਾ ਤੁਹਾਨੂੰ ਬਾਈ, ਉਧਰ। ਅਰੇ ਬਾਈ 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 ਪੂਰਾ ਸਾ ਅਸਲੀ ਵਾਲਾ ਕੰਮ ਲੱਗਦਾ ਬਾਈ, ਐਡੇ ਐਡੇ ਟਾਇਰ ਇਹ ਕਿੱਦਾਂ ਚੱਕੇ ਗਏ ਦੇ ਯਾਰ? ਘੈਂਟ ਗੱਲਬਾਤ ਬਾਈ, ਘੈਂਟ ਗੱਲਬਾਤ। ਇੱਧਰਲੇ ਪਾਸੇ ਆ ਗਈ, ਹੁਣ ਥੋੜ੍ਹੇ ਜਿਹੇ ਹੋਰ ਆਲੂ ਪਵਾ ਲੈਂਦੇ ਆਪਾਂ ਨਾਲ ਦੀ ਨਾਲ ਹੀ, ਅਤੇ ਫਿਰ ਆਪਣਾ ਭਈਆ ਬਾਈ ਲੱਗਿਆ ਪਿਆ ਤੁਹਾਨੂੰ ਵੀ ਪਤਾ, ਅਤੇ ਆਪਾਂ ਬਾਅਦ 'ਚੋਂ ਇੱਥੇ ਹਾਲ ਹੂਲ ਮਾਰਨੇ ਆ, ਅਤੇ ਬਾਅਦ 'ਚੋਂ ਦੱਸਿਓ ਕਿਹੜੀ ਖੇਤੀ ਕਰਨੀ ਆਪਾਂ ਇੱਥੇ, ਹਜੇ ਆਪਾਂ ਆਪਣੀ ਕਪਾਹ ਵੀ ਵੱਢਣੀ ਆ ਬਾਈ। ਸੋ ਦੇਖਦੇ ਹਾਂ ਪਹਿਲਾਂ ਆਪਾਂ ਟਰਾਲੀ ਭਰਾ ਲਈਏ ਬਾਈ ਪੂਰੀ। ਥੋੜ੍ਹੇ ਕੀ ਆਲੂ ਆਏ ਸੀ ਬਾਈ, ਇਹ ਕਿਆ ਚੱਕਰ ਹੈ? ਓਹੋ ਹੋ ਹੋ ਬਾਈ, ਟਰੈਕਟਰ ਦਾ ਅੱਡਾ ਚੱਕਿਆ ਗਿਆ ਹੈ, ਚੈੱਕ ਕਰੋ ਬਾਬਿਓ। ਜਿਹਨੂੰ ਦੇਖਦਾ ਬਾਈ ਟਰੈਕਟਰ ਦਾ ਅੱਡਾ ਚੱਕਿਆ ਗਿਆ ਆਪਣੇ ਵਾਲੇ ਦਾ। ਅਤੇ ਲਓ ਬਾਈ ਮੁੰਡੇ, ਅੱਜ ਵਾਲਾ ਐਪੀਸੋਡ ਫਿਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ, ਕਿਉਂਕਿ ਨਹੀਂ ਤਾਂ ਬਹੁਤ ਟਾਈਮ ਲੱਗ ਜਾਣਾ ਸਾਨੂੰ ਇੱਥੇ। ਮੈਂ ਹੁਣ ਟਰਾਲੀਆਂ ਟਰੂਲੀਆਂ ਲੈ ਕੇ ਜਾਣਾ, ਅਤੇ ਅਗਲੀ ਖੇਤੀ ਮੈਨੂੰ ਜ਼ਰੂਰ ਦੱਸਿਓ ਕੀ ਕਰਨੀ ਆ, ਅਤੇ ਮੈਂ ਆਲੂ ਵੈਸੇ ਆਪਾਂ ਉੱਥੇ ਸਟੋਰ ਕਰ ਲੈਣੇ ਆ ਮੈਂ, ਅਤੇ ਬਾਅਦ 'ਚੋਂ ਆਪਾਂ ਛੱਡਣ ਜਾਵਾਂਗੇ ਕਿਸੇ ਦਿਨ। ਸੋ ਫਿਲਹਾਲ ਜਿੰਨੇ ਵੀ ਮੇਰੇ ਬਾਈ ਅੱਜ ਆਏ ਆਪਣੀਆਂ ਵੀਡੀਓ ਨੂੰ ਦੇਖਣ ਆਪਣੇ ਐਪੀਸੋਡ ਨੂੰ, ਮੇਰੇ ਬਾਈ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਮੁੰਡਾ, ਅਤੇ ਆਪਣਾ ਟਰੈਕਟਰ ਦੱਸਿਓ ਬਾਈ ਕਿੱਦਾਂ ਲੱਗਿਆ ਤੁਹਾਨੂੰ ਜੋਨ ਡੀਅਰ, ਅਤੇ ਮਿਲਦੇ ਹਾਂ ਤੁਹਾਨੂੰ ਫਿਰ ਅਗਲੇ ਐਪੀਸੋਡ ਵਿੱਚ ਬਾਈ। ਰੱਬ ਰਾਖਾ ਯਾਰ।